ਅੱਜ ਸਵੇਰੇ SHO ਨੂੰ ਫੋਨ ਆਇਆ ਵੀ ਇੱਥੇ ਕਿਰਾਏਦਾਰ ਸੀਗੇ ਥੱਲੇ ਰਹਿੰਦੇ ਮਕਾਨ ਦੇ, ਜਵਾਲਾ ਨਗਰ ਦੀ ਗੱਲ ਹੈ। ਤੇ ਉਹ ਜਦੋਂ ਪੁਲਿਸ ਆਈ, ਇਹਨਾਂ ਨੇ ਤਾਂ ਖੂਨ ਦੇਖਿਆ, ਹੋਰ ਨਹੀਂ ਇਹਨਾਂ ਨੇ ਕੁਛ ਦੇਖਿਆ। ਜਦੋਂ ਪੁਲਿਸ ਮੌਕੇ ਤੇ ਆਈ, SHO ਆਏ ਨਾਲ ਉਹਦੇ ਪਾਰਟੀ, ਪੁਲਿਸ ਪਾਰਟੀ, ਤੇ ਉਹ ਡੈਡ ਬੋਡੀ ਪਈ ਸੀਗੀ ਇੱਕ ਲੇਡੀਜ਼ ਦੀ, ਕਾਫੀ ਪੁਰਾਣੀ ਲੱਗਦੀ ਆ, 3-4 ਦਿਨ ਜਿੱਦਾਂ ਸਮੈਲ ਆਉਣ ਡਈ ਸਾਰੀ, ਘਰ 'ਚ ਵੀ ਖੂਨ ਖਿਲ ਰਿਹਾ ਹੈ ਸਾਰਾ। ਇਹ ਕੁਲਵਿੰਦਰ ਕੌਰ ਨਾਂ ਦੀ ਲੇਡੀ ਹੈ, ਇਹ ਆਪਣੇ ਬੇਟੇ ਦੇ ਨਾਲ ਇੱਥੇ ਰਹਿੰਦੀ ਸੀ। ਬੇਟਾ ਇਹਦਾ ਥੋੜ੍ਹਾ ਦਿਮਾਗੀ ਪਰੇਸ਼ਾਨ ਆ, ਨਸ਼ੇ ਨੁਸ਼ੇ ਵੀ ਕਰਦਾ ਲੱਗਾ, ਤੇ ਇਹ ਇੰਗਲੈਂਡ ਤੋਂ ਡਿਪੋਰਟ ਹੋ ਕੇ ਆਇਆ ਹੈ। ਤੇ ਕੁਲਵਿੰਦਰ ਕੌਰ 80 ਸਾਲ ਦੀ ਇਹ ਲੇਡੀ ਸੀ, ਇਹਦੀ ਡੈਡ ਬੋਡੀ ਜਿਹੜੀ ਮਿਲੀ ਹੈ, ਤੇ ਇਹਦੇ ਰਿਸ਼ਤੇਦਾਰ ਬੁਲਾਏ ਸਾਰੇ। ਇਹਦਾ ਬੇਟਾ ਬੂਸੋਵਾਲ, ਵੈਸੇ ਪਿੱਛੋਂ ਬੂਸੋਵਾਲ ਦੇ ਹੈ, ਤੇ ਉਹ ਬੂਸੋਵਾਲ ਤੋਂ ਆਇਆ ਹੈ। ਦੋ ਬੇਟੇ ਆ, ਇੱਕ ਬੇਟੀ ਆ, ਦੂਸਰਾ ਬੇਟਾ ਵੀ ਆਇਆ ਦਵਿੰਦਰ ਸਿੰਘ। ਉਹ ਪੁੱਛਗਿੱਛ ਕਰਦੇ ਹੋ, ਦੇਖਦੇ ਹਾਂ ਵੀ ਕੀ ਮਸਲਾ ਹੈ। ਮੇਰਾ ਨਾਮ ਦਵਿੰਦਰ ਸਿੰਘ ਆ ਜੀ, ਮੈਂ ਬੂਸੋਵਾਲ ਰਹਿਣ ਵਾਲਾ। ਇਹ ਮੇਰੀ ਮਾਂ ਆ, ਇਹ ਜਵਾਲਾ ਸਿੰਘ ਨਗਰ ਰਹਿੰਦੇ ਆ, ਤੇ ਇਹ ਮੇਰੇ ਭਰਾ ਨੂੰ ਜੋ ਕੀਤਾ ਗਿਆ ਜੀ, ਛੋਟੇ ਨੂੰ ਉਹਨੇ ਕੀਤਾ। ਹਾਂਜੀ, ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ, ਜਿਹਨੇ ਉਹਨੇ ਦੁਨੀਆ ਦਿਖਾਈ, ਦੁਨੀਆ ਦਿਖਾਈ, ਉਹਨੂੰ ਸਾਰਾ ਕੁਝ ਬਾਹਰ ਘੱਲਿਆ। ਇੰਗਲੈਂਡ 'ਚ ਇਹ 12-15 ਸਾਲ ਰਿਹਾ ਜੀ, ਉੱਥੇ ਮੇਮ ਨਾਲ ਵਿਆਹ ਕਰਾਇਆ, 2 ਬੱਚੇ ਆ, ਕੁੜੀ ਮੁੰਡਾ ਇਹਦਾ। ਇਹਦੇ ਦਿਮਾਗੀ ਕੋਈ ਟੈਨਸ਼ਨ ਆ, ਇੱਕ ਨਸ਼ੇ ਕਰਦਾ ਜੀ, ਉਹਦਾ ਕਰਕੇ ਅੱਗੇ ਵੀ ਇੱਕ ਦੋ ਨੂੰ ਮਾਰਿਆ ਉਹਨੇ, ਹੁਣ ਮਾਤਾ ਨੂੰ ਮਾਰਤਾ। ਮਾਤਾ ਨੂੰ ਉਦਾਂ ਮਾੜੇ ਮੋੜੇ ਧੱਕੇ ਧੁੱਕੇ ਮਾਰਦਾ ਜੀ, ਅੱਗੇ ਥੋੜ੍ਹਾ ਬੜਾ ਮਾਰਦਾ ਸੀ ਪੈਸੇ ਪੂਸਿਆਂ ਤੋਂ, ਤੇ ਇੰਨਾ ਨਹੀਂ ਅਸੀਂ ਆਉਂਦੇ ਸੀ, ਕਈ ਵਾਰੀ ਸਮਝਾ ਦਈਦਾ ਸੀ, ਕਈ ਵਾਰੀ ਸਾਡੇ ਗਾਲ ਪੈ ਜਾਂਦਾ ਸੀ, ਫਿਰ ਉੱਠ ਕੇ ਚੱਲ ਜੀ। ਸੱਕਾ ਭਰਾ ਹੈ, ਇਸੇ ਨੇ ਕੀਤਾ ਜੀ, ਹੋਰ ਕੌਣ ਕਰ ਸਕਦਾ। ਮਾਤਾ ਨੂੰ ਹੋਰ ਕਿਸੇ ਦਾ ਕੀ ਵੈਰ ਆ ਜੀ, ਉਹ ਕਿਸੇ ਨੂੰ ਚੰਗੀ ਮਾੜੀ ਤਾਂ ਕਹਿੰਦੀ ਨਹੀਂ। ਆਂਢ ਗੁਆਂਢ 'ਚ ਕੋਈ ਕਰਦਾ ਵੀ ਤੇ ਮਾਂ ਦਾ ਹੀ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ, ਕਿ ਲੱਗਦਾ ਕਿ ਇਸ ਤਰ੍ਹਾਂ ਜਿਹਨੇ ਦੁਨੀਆ ਦਿਖਾਈ ਉਹਨੂੰ ਦੁਨੀਆ ਤੋਂ ਮਿਟਾ ਦਾ। ਬਿਲਕੁਲ ਜੀ, ਬਿਲਕੁਲ, ਇਹ ਤਾਂ ਠੀਕ। ਮਾਂ ਹਾਂਜੀ, ਕਿੰਨੇ ਕੁ ਦਿਨ ਪਹਿਲਾਂ ਕਤਲ ਕੀਤਾ ਲੱਗਦਾ ਜੀ? ਇਹ ਹੁਣ ਜਿਹੜੇ ਹਿਸਾਬ ਨਾਲ ਮੁਸ਼ਕ ਆਉਂਦੀ ਹੈ ਜੀ ਸਮੈਲ, ਇਹ 3-4 ਦਿਨ ਹੋ ਗਏ ਆ ਜੀ। ਤੁਹਾਡੀ ਆਖਰੀ ਵਾਰ ਮਾਤਾ ਨਾਲ ਮੁਲਾਕਾਤ ਕਦੋਂ ਹੋਈ? ਮੈਨੂੰ ਤਾਂ ਘੱਟੋ ਘੱਟ 1.5 ਮਹੀਨਾ ਹੋ ਗਿਆ ਜੀ ਮਿਲਿਆ। ਇਹਦੇ ਕਰਕੇ ਨਹੀਂ ਮਿਲਦੇ, ਜੇ ਇਹ ਕਹਿੰਦਾ ਸੀ ਤੁਸੀਂ ਨਾ ਇਹਨੂੰ ਮਾਤਾ ਨੂੰ ਕਹਿੰਦੇ, ਇਹਨੂੰ ਦੇ ਕੱਖ ਨਾ, ਇਹ ਸਾਡੇ ਨਾਲ ਵੀ ਲੜਦਾ ਸੀ, ਅਸੀਂ ਇਸ ਵਜ੍ਹਾ ਤੋਂ ਨਹੀਂ ਆਉਂਦੇ। ਮੇਰਾ ਨਾਮ ਸਰ ਕੰਚਨ ਹੈ, ਤੇ ਮੈਂ ਇੱਥੇ ਹੋ ਗਏ ਆ 8-9-10 ਮਹੀਨੇ ਹੋ ਗਏ ਮੈਨੂੰ ਰਹਿੰਦੀ ਨੂੰ। ਮੇਰੀ ਬੇਟੀ ਆ, ਮੇਰੀ 2 ਬੇਟੀਆਂ ਸੀਗੀਆਂ। ਹਾਂਜੀ, ਮੈਂ ਕਿਰਾਏ ਤੇ ਰਹਿੰਦੀ ਸੀ। ਹੁਣ ਮਤਲਬ ਕਿ ਜਿਹੜਾ ਇਹਨਾਂ ਦਾ ਬੇਟਾ ਵਾ, ਮਤਲਬ ਜਿਹੜੀ ਆ ਇੱਥੇ, ਮਤਲਬ ਅਸੀਂ ਰਾਤ ਦੇ ਆਏ ਸੀਗੇ, 5-6 ਦਿਨ ਹੋ ਗਏ ਅਸੀਂ ਇੱਥੇ ਨਹੀਂ ਸੀਗੇ, ਮੇਰੀ ਗੁੜੀਆ ਤੇ ਮੈਂ ਤੇ ਮੇਰੇ ਹਸਬੈਂਡ ਜਿਹੜੇ ਜੋਬ ਪਰ ਤੇ ਬਾਹਰ, ਠੀਕ ਹੈ। ਤੇ ਮੈਂ ਮਤਲਬ ਚਲ ਗਈ ਤੇ ਮੇਰੇ ਹਸਬੈਂਡ ਆਏ ਸੀ ਅੰਮ੍ਰਿਤਸਰ, ਤੇ ਮੈਂ ਅੰਮ੍ਰਿਤਸਰ ਗਈ ਹੋਈ ਸੀਗੀ 4-5 ਦਿਨਾਂ ਤੋਂ। ਮਤਲਬ ਅਸੀਂ ਰਾਤ ਆਏ ਤੇ ਮੇਰੇ ਜਿਹੜੇ ਸਿਸਟਰ ਆ ਉਹਨਾਂ ਦੀ ਮੈਰਿਜ ਸੀਗੀ, ਤੇ ਅਸੀਂ ਜਿੱਦਾਂ ਆਏ ਅਸੀਂ ਬੈਗ ਰੱਖ ਕੇ ਗੁੜੀਆ ਵਾਸਤੇ ਸ਼ੋਪਿੰਗ ਕਰਨ ਵਾਸਤੇ ਚੱਲ ਗਏ ਮੈਰਿਜ ਵਾਸਤੇ ਚੱਲ ਗਏ। ਉਹ ਤੋਂ ਬਾਅਦ ਕੀ ਹੋਇਆ, ਤੇ ਆਏ ਅਸੀਂ ਸਮੈਲ ਆਉਂਦੀ ਸੀਗੀ, ਤੇ ਅਸੀਂ ਸੋਚਿਆ ਕਿ ਸ਼ਾਇਦ ਕੁਛ ਅੰਦਰ ਕੋਈ ਜਾਨਵਰ ਵਗੈਰਾ ਨਾ ਮਰਿਆ ਹੋਵੇ, ਹਨਾ, ਕਿਉਂਕਿ ਅਸੀਂ ਇੰਨੇ ਮਤਲਬ ਨਹੀਂ ਸੀਗਾ। ਤੇ ਉਸ ਤੋਂ ਬਾਅਦ ਕੀ ਹੋਇਆ, ਤੇ ਉਸ ਤੋਂ ਬਾਅਦ ਜਿੱਦਾਂ ਮਤਲਬ ਨਾ ਮੈਂ ਸੁਬਹ ਮਾਰਨਿੰਗ ਬੁਰਸ਼ ਕਰਨ ਮੈਂ ਹੀ ਉੱਠੀ ਹਾਂ, ਤੇ ਮੇਰਾ ਬੁਰਸ਼ ਵੀ ਸਾਰਾ ਇੱਥੇ ਹੀ ਪਿਆ ਬਾਰੇ, ਤੇ ਮੈਨੂੰ ਨਾ ਇੱਧਰ ਪੌੜੀ ਵੱਲੋਂ ਜ਼ਿਆਦਾ ਸਮੈਲ ਆਵੇ, ਤੇ ਮੈਂ ਆਪਣੇ ਹਸਬੈਂਡ ਨੂੰ ਮੈਂ ਹੀ ਕਿਹਾ, ਮੈਂ ਕਿਹਾ ਥੋੜ੍ਹਾ ਤਾਂ ਨੂੰ ਹੋਈਏ। ਅਸੀਂ ਜਿੱਦਾਂ ਤਾਂ 'ਚ ਗਏ, ਬਹੁਤ ਖੁੱਲ੍ਹਾ ਪਿਆ ਸੀਗਾ ਇੱਦਾਂ ਹੀ, ਤੇ ਇੱਦਾਂ ਬਲੈਡ ਹੋਣ ਡਿਆ ਸੀ। ਅਸੀਂ ਸਰ ਇੱਦਾਂ ਹੀ ਵਾਪਸ ਬਾਹਰ ਆ ਗਏ, ਅਸੀਂ ਇੱਥੋਂ ਸਿੱਧਾ ਸੁਲਤਾਨਪੁਰ ਲੋਧੀ ਅਸੀਂ ਕੰਪਲੇਂਟ ਨੂੰ ਲੈ ਕੇ, ਤੇ ਉਹਨਾਂ ਨੂੰ ਅਸੀਂ ਦੁਕਾਨੇ ਵਾਲਿਆਂ ਨੂੰ ਨਾਲ ਲੈ ਕੇ ਆਏ, ਤੇ ਉਹਨਾਂ ਨੇ ਚੈੱਕ ਕੀਤਾ ਵੀ ਕੀ ਅੰਦਰ ਕੀ ਪ੍ਰੋਬਲਮ ਆ। ਤੇ ਜਿਹੜਾ ਮੁੰਡਾ ਸੀਗਾ ਆਪਣੀ ਮਾਂ ਨਾਲ ਲੜਦਾ ਵੀ ਸੀਗਾ, ਕਿਸੇ ਨਾਲ ਇਹਦੀ ਲੜਾਈ ਹੋਈ ਸੀਗੀ, ਇਹਨੇ ਮਾਰਿਆ ਮੋਰਿਆ ਸੀ, ਕੀ ਕੀਤਾ ਸਾਨੂੰ ਨਹੀਂ ਇੰਨਾ ਪਤਾ, ਬਟ ਉਹਦੀ ਜਿਹੜੀ ਮਾਂ ਆ ਘਰੇ ਆ ਕੇ ਮੇਰੇ ਸਾਹਮਣੇ ਵੀ ਲੜਿਆ ਵਾ। ਜਿਹੜਾ ਉਹਨਾਂ ਦਾ ਜੇ ਉਹ ਸੀਗਾ ਉਹਨਾਂ ਦੇ ਹਸਬੈਂਡ ਸੀਗਾ ਸਿਸਟਰ ਦਾ, ਉਹ ਉਹਦੇ ਵੀ ਹੱਥੀ ਪਿਆ। YouTube channel News DNN by clicking the bell icon. Don't forget to like, comment and share.